ਚਲ ਮੇਰਾ ਪੁੱਤਰ ਚਲ ਠੱਲਾ ਜ਼ਮਾ ਸਾਡੇ ਨਾਲ ਹੋ ਗਿਆ ਜੀ ਕੱਲ ਦਾ ਬੁਖਾਰ ਬਹੁਤ ਜ਼ਿਆਦਾ ਬੁਖਾਰ ਔਰ ਨਾਲ ਹੁਣ ਦਵਾਈ ਉੱਠਿਆ ਨਹੀਂ ਜਾਂਦਾ ਚਲਾ ਆਹ ਮੇਰਾ ਪੁੱਤਰ ਠੱਲਾ ਮੈਂ ਉੱਠ ਪਏਗਾ ਆਰਾਮ ਨਾਲ ਉੱਤਰ ਚੱਲ ਹਾਂ ਤੇਰੇ ਨਾਲ ਕੀ ਲੈਣ ਦਾ ਤੂੰ ਮੁੰਡਾ ਠੀਕ ਨਹੀਂ ਵਾ ਚਲੋ ਅੱਲਾ ਖਾ ਕਰੇਗਾ ਹੋਇਆ ਨਹੀਂ ਵਿਚਾਰਾ ਇਸ ਤਰ੍ਹਾਂ ਬੁਖਾਰ ਬਖੂਰ ਅਤੇ ਮੌਸਮ ਬਦਲਦਾ ਪਿਆ ਹੁਣ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ ਕੀ ਹਾਲ ਚਾਲ ਆ ਮੇਰੇ ਸਾਰੇ ਭੈਣ ਭਰਾਵਾਂ ਦਾ ਅੱਲਾ ਦਾ ਸ਼ੁਕਰ ਆ ਮੈਂ ਵੀ ਠੀਕ ਹਾਂ ਮੇਰੇ ਭੈਣ ਭਰਾਓ ਖੁਸ਼ ਅਤੇ ਆਬਾਦ ਰਹੋ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਾਮਾ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਹੋਇਆ ਇਹਨੂੰ ਦੱਸ ਕੇ ਲੈ ਕੇ ਆਇਆ ਹੁਣ ਡਾਕਟਰ ਕੋਲ ਖੜਿਆ ਦਾ ਸੀ ਇਹਦੇ ਭੱਬੂ ਨਿਕਲੇ ਇਹਦੇ ਨਾਲ ਬਹੁਤ ਜ਼ਿਆਦਾ ਮੂੰਹ 'ਤੇ ਅਤੇ ਰਾਤ ਵੀ ਅਸੀਂ ਬਹੁਤ ਜ਼ਿਆਦਾ ਇਹਦੀ ਵਜ੍ਹਾ ਤੋਂ ਤੰਗ ਹੀ ਬੱਚਾ ਰਾਤ ਨਹੀਂ ਸੁੱਤਾ ਇਹਨੂੰ ਵੀ ਤਕਲੀਫ ਸੀ ਬੁਖਾਰ ਨਾਲ ਇਹਦੀ ਵਜ੍ਹਾ ਤੋਂ ਫਿਰ ਮੈਂ ਕਹਿ ਰਿਹਾ ਕਿ ਚਲ ਹੁਣ ਮੈਂ ਦਵਾਈ ਇਹਨੂੰ ਦਿੰਦੇ ਹਾਂ ਬੱਚੇ ਨੂੰ ਜੀ ਹਾਂ ਜੀ ਦਿਸਾਂ ਤੁਸੀਂ ਦੱਸਦੇ ਆਸਮਾ ਦੱਸ ਪਏ ਕਿ ਦਵਾਈ ਲੈ ਕੇ ਆਏ ਹਾਂ ਔਰ ਰਾਤੀ ਵੀ ਕਾਫੀ ਤੰਗ ਕਰਦਾ ਰਿਹਾ ਮੇਰੇ ਵੱਲੋਂ ਸਾਰੇ ਭੈਣ ਭਰਾ ਅਸਲਾਮ ਵਾਲੇਕਮ ਵੀ ਸਲਾਮ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ ਤੋ ਪਰੇਸ਼ਾਨੀ ਇਹੀ ਗੱਲ ਦੀ ਹੈ ਕਿ ਬੱਚਾ ਜਿਹੜਾ ਵੱਡਾ ਹੈ ਜਵਾਨ ਹੈ ਅਤੇ ਜ਼ਿਆਦਾ ਕਿ ਢਿੱਲਾ ਮੱਠਾ ਹੋਇਆ ਤਾਂ ਪਰੇਸ਼ਾਨ ਹੋ ਰਿਹਾ ਆਪਣੀ ਮੰਮਾ ਨੂੰ ਕਿਤੇ ਨੁਕਡੋ ਜਾ ਕੇ ਮੰਮਾ ਜੀ ਦਵਾਈ ਲਿਆ ਕੇ ਦੇਣ ਡਿਆ ਕਿ ਉਹਨੂੰ ਸੌਦੇ ਲਿਆ ਕੇ ਦੇਣ ਡਿਆ ਅਤੇ ਕੱਲ੍ਹ ਦਾ ਸਾਡਾ ਸਾਈਕਲ ਵੀ ਇਹ ਖੁੱਲਦਾ ਪਿਆ ਸਾਈਕਲ ਵੀ ਚਲਾ ਸਕਿਆ ਔਰ ਕੱਲ੍ਹ ਦਾ ਢਿੱਲਾ ਮੱਠਾ ਤਾਂ ਸਾਨੂੰ ਪਰੇਸ਼ਾਨੀ ਬਣੀ ਹੋਈ ਸੀ ਅੱਲਾ ਪਾਕ ਸ਼ਫਾ ਦੇ ਸੋਜ ਪਈ ਆ ਸੋਜ ਹੋ ਗਈ ਆ ਸਰਦ ਪਈ ਤੇ ਕੋਈ ਕਹਿੰਦੇ ਨੇ ਕੀ ਨਿਕਲ ਤੇ ਉਹ ਮੈਨੂੰ ਯਾਦ ਭੁੱਲ ਜਾਂਦਾ ਜੋ ਵੀ ਆ ਪਤਾ ਨਹੀਂ ਕੀ ਨਿਕਲਿਆ ਤੇ ਸੋਜ ਹੋਈ ਆ ਕੋਈ ਦਮ ਵਗੈਰਾ ਵੀ ਕਰ ਦਿੰਦੇ ਤਾਂ ਦਮ ਵੀ ਕਰਵਾਇਆ ਸੀ ਔਰ ਡਾਕਟਰ ਸਾਹਿਬ ਕੋਲ ਦਵਾਈ ਵੀ ਲੈ ਕੇ ਆਏ ਆ ਟੀਕਾ ਵਗੈਰਾ ਵੀ ਲਵਾਇਆ ਕੋਈ ਉਹਨੇ ਟੀਕਾ ਨਹੀਂ ਲਗਵਾਇਆ ਵੈਸੇ ਸ਼ਰਬਤ ਹੀ ਦਿੱਤੇ ਨੇ ਕਹਿੰਦੇ ਕਿ ਦੋ ਤਿੰਨ ਟਾਈਮ ਪਲਾਓ ਤੇ ਆਰਾਮ ਆ ਜਾਏਗਾ ਅੱਛਾ ਸ਼ਰਬਤ ਦਿੱਤੇ ਨੇ ਹਾਂਜੀ ਤੋ ਮੈਂ ਬਾਹਰ ਹੀ ਰਕਸ਼ਾ ਲੈ ਖੜਦਾ ਤੇ ਆਸਮਾ ਨਹੀਂ ਗਏ ਸੀ ਅੰਦਰ ਹਸਪਤਾਲ ਤੇ ਚਲੋ ਦਵਾਈ ਲੈ ਆਉਂਦੀ ਹੈ ਦਵਾਈਆਂ ਵੀ ਬੜੀਆਂ ਮਹਿੰਗੀਆਂ ਅੱਜ ਕੱਲ੍ਹ ਹਾਂਜੀ ਦਵਾਈਆਂ ਵੀ ਬਹੁਤ ਮਹਿੰਗੀਆਂ ਨੇ ਕਿਨੇ ਦੋ ਸ਼ਰਬਤ ਲੈ ਕੇ ਆਈਆਂ ਤੇ ਚਲੋ ਠੀਕ ਆ ਦਿਓ ਬੱਚੇ ਨੂੰ ਔਰ ਚਲੋ ਚੱਲਦਾ ਰਹਿੰਦਾ ਸਰਕਟ ਕਦੇ ਇਹਦੀ ਦਵਾਈ ਆ ਰਹੀ ਹੈ ਕੋਈ ਛੋਟੀ ਆ ਰਹੀ ਹੈ ਇਸ ਤਰ੍ਹਾਂ ਚੱਲਦਾ ਰਹਿੰਦਾ ਨਿਜ਼ਾਮ ਔਰ ਅੱਲਾ ਪਾ ਕੇ ਕਰਮ ਕਰਿਆ ਆਪਣੀ ਬਾਰਗਾਹ 'ਚੋਂ ਔਰ ਚਲੋ ਠੀਕ ਆ ਮੇਰਾ ਪੁੱਤਰ ਪੀਲ ਦਵਾਈ ਦੀ ਖਾ ਚਾ ਦਵਾਈ ਖਾ ਧਿਆਨ ਨਾਲ ਮੇਰਾ ਪੁੱਤਰ ਅਤੇ ਬਾਕੀ ਸ਼ਫਾ ਅੱਲਾ ਪਾਕ ਦੇਣ ਵਾਲਾ ਦਿਓ ਮੈਂ ਜ਼ਮਨ ਨੂੰ ਦਵਾਈ ਤੁਸੀਂ ਪਰ ਫਾਤਮਾ ਬੜੇ ਗੌਰ ਨਾਲ ਵੇਖਦੇ ਪਈ ਆ ਭਾਈ ਵਾਲ ਹੈ ਨਾ ਜਿਬਾ ਮਾਰਦੀ ਪਈ ਭਾਈ ਵਾਲੇ ਕੀ ਪੀਣ ਡਿਆ ਪਰ ਫਾਤਮਾ ਜੀ ਦਵਾਈ ਹੈ ਸ਼ੇਬ ਹਾਂ ਬਾਈ ਠੀਕ ਨਹੀਂ ਨਾ ਬਾਈ ਬੁਖਾਰ ਹੋਇਆ ਇਸ ਕਰਕੇ ਠੀਕ ਹੈ ਆਹੋ ਤੋ ਮੁੰਡਾ ਠੀਕ ਨਹੀਂ ਸੀ ਕੁਛ ਹੈ ਬਸ ਪਹਿਲੇ ਵੀ ਕੋਈ ਕੰਮ ਦੀਆਂ ਪਰੇਸ਼ਾਨੀਆਂ ਕੋਈ ਕੰਮ ਵਾਲੇ ਬਾਰੇ ਕਦੇ ਕੋਈ ਬਾਰੇ ਕਦੇ ਕੋਈ ਬਾਰੇ ਸਟੋਰੀ ਨਹੀਂ ਆਉਂਦੀ ਜ਼ਿਹਨ 'ਚ ਔਰ ਮੇਰੇ ਜ਼ਿਹਨ 'ਚ ਗੱਲਾਂ ਆਉਂਦੀ ਇੱਕ ਸਟੋਰੀ ਕੀ ਆਉਂਦੀ ਆ ਸੁਬਹ ਵੀ ਕਹਿੰਦੇ ਘਰ ਦੇ ਬਣਾਈਏ ਤੁਹਾਨੂੰ ਰੂਟੀਨ 'ਚ ਕੀ ਦੱਸੀ ਹੈ ਕਦੇ ਸਾਗ ਬਣਾਉਣ ਡੇ ਹੁੰਦੇ ਹਾਂ ਕਦੇ ਕੋਈ ਚੀਜ਼ ਬਣਾਉਣ ਡੇ ਹੁੰਦੇ ਹਾਂ ਇਸ ਤਰ੍ਹਾਂ ਹੀ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਨਾਲ ਜੋ ਜੋ ਪਕਾਉਂਦੇ ਹਾਂ ਖਾਂਦੇ ਹਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਹੈ ਅਤੇ ਅੱਜ ਉਹ ਵੀ ਨਹੀਂ ਪਕਾਉਣ ਨੂੰ ਦਿਲ ਕਰਦਾ ਪਿਆ ਕੋਈ ਹੰਡੀ ਹੁੰਦੀ ਵੀ ਨਹੀਂ ਪਿਆ ਸੁਬਹ ਵੀ ਨਹੀਂ ਦਿਲ ਕਰਦਾ ਪਿਆ ਮੁੰਡਾ ਠੀਕ ਨਹੀਂ ਹਾਏ 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 ਸਾਰੀ ਰਾਤ ਲਾਏ ਰੱਖਿਆ ਔਰ ਨੀਂਦ ਵੀ ਨਹੀਂ ਪੂਰੀ ਹੋਈ ਔਰ ਜ਼ਿਹਨ 'ਚ ਗੱਲ ਵੀ ਨਹੀਂ ਆਉਣ ਡੀ ਕੀ ਗੱਲ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਕਿਉਂਕਿ ਇਸ ਕਰਕੇ ਮੈਨੂੰ ਕਈਆਂ ਭੈਣ ਭਰਾਵਾਂ ਨੇ ਕਮੈਂਟ ਕੀਤਾ ਪੁੱਛਿਆ ਕਿ ਜਨਾਬ ਆਪਣਾ ਦੂਸਰੇ ਚੈਨਲ 'ਤੇ ਤੁਹਾਡੀ ਵੀਡੀਓ ਕਿਉਂ ਨਹੀਂ ਆਉਣ ਡੀ ਇਹੀ ਗੱਲ ਹੈਗੀ ਹੈ ਕਿ ਦੂਸਰੇ ਵੀਡੀਓ ਇੱਕ ਹੀ ਬਣਦੀ ਆ ਉਹ ਇਹ ਚੈਨਲ 'ਤੇ ਬਣਾਵਾਂ ਜਾਂ ਉਹ ਚੈਨਲ 'ਤੇ ਬਣਾਵਾਂ ਉਹ ਸਟੋਰੀ ਵੀ ਸਾਡੀ ਅੱਗੇ ਜੈਸੀ ਆ ਉਹ ਟਾਈਮ ਹੀ ਨਹੀਂ ਹੁੰਦਾ ਔਰ ਬਸ ਅੱਲਾ ਖਿਆਲ ਕਰੇਗਾ ਕਾਮਯਾਬੀਆਂ ਅੱਲਾ ਪਾਕ ਦੇਗਾ ਔਰ ਫਿਰ ਕਰਾਂਗੇ ਕੰਮ ਕਿਉਂਕਿ ਹਾਲੇ ਰੋਜ਼ੀ ਰੋਟੀ ਦੂਸਰੇ ਪਾਸੋਂ ਵੀ ਚਲਾਉਣੀ ਪੈਂਦੀ ਹੈ ਯੂਟਿਊਬ ਦੇ ਚੈਨਲ ਵਾਲੇ ਪਾਸੇ ਜਦੋਂ ਸਾਡਾ ਗਰੋ ਕਰ ਜਾਏਗਾ ਪੈਸੇ ਆਉਣੇ ਸ਼ੁਰੂ ਹੋਣਗੇ ਫਿਰ ਸਿਰੋ ਸਿਰੋ ਇਹੀ ਕੰਮ ਕਰਾਂਗੇ ਔਰ ਇਹੀ ਸਟੋਰੀ ਬਣਾਵਾਂਗਾ ਫਿਰ ਇੱਧਰ ਹੀ ਬੰਦਾ ਲੱਗਾ ਹੁੰਦਾ ਜ਼ਿਹਨ ਦਿਮਾਗ ਬੰਦਾ ਇੱਧਰ ਹੀ ਲੱਗਾ ਹੁੰਦਾ ਹੁਣ ਕਦੇ ਉਹ ਜਾਣਾ ਰਕਸ਼ਾ ਲੈ ਕੇ ਕਦੇ ਕੁਛ ਕਰਨਾ ਕਦੇ ਰੋਟੀ ਅੱਜ ਕੱਲ੍ਹ ਸਵਾਰੀ ਵੀ ਘੱਟ ਹੈ ਕਾਰੋਬਾਰ ਕੋਈ ਨਹੀਂ ਰਹੇ ਸਵਾਰੀ ਘੱਟ ਹੈ ਹਰ ਕਾਰੋਬਾਰ ਹੀ ਮੱਠੇ ਪਏ ਨੇ ਕੁਛ ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਹੁੰਦੀਆਂ ਨੇ ਔਰ ਇਸ ਤਰ੍ਹਾਂ ਵਾ ਘਰ ਦੇ ਅੰਦਰ ਜਿਹੜੇ ਤੁਹਾਨੂੰ ਪਤਾ ਹੀ ਹੈ ਹਰ ਘਰ ਦੇ ਵਿੱਚ ਇਹੀ ਸੋਚ ਹੁੰਦੀ ਹੈ ਵੀ ਕਿੱਥੋਂ ਆਉਣਾ ਕੀ ਕਰਨਾ ਕਿੱਥੋਂ ਲਿਆਉਣਾ ਯੂਟਿਊਬ 'ਤੇ ਜ਼ਿਆਦਾਤਰ ਲੋਕ ਜਿਹੜਾ ਮੈਂ ਪਤਾ ਨਹੀਂ ਮੇਰੀ ਅੱਖਾਂ ਦੇ ਸਾਹਮਣੇ ਜਿਹੜੇ ਜਾਂ ਅਸੀਂ ਵੇਖਦੇ ਉਹੀ ਟ੍ਰੈਂਡ ਆ ਤਾਂ ਉਹ ਸਾਨੂੰ ਵੀਡੀਓ ਹੀ ਅਸੀਂ ਵੇਖਦੇ ਹਾਂ ਜਿਹੜੇ ਨਿੱਜੇ ਤਬਕੇ ਦੇ ਗਰੀਬ ਸਾਡੇ ਵਰਗੇ ਲੋਕ ਨੇ ਉਹ ਯੂਟਿਊਬ ਦੇ ਉੱਤੇ ਕਾਮਯਾਬੀ ਹਾਸਲ ਕੀਤੀ ਉਹ ਕਾਮਯਾਬ ਹੋਏ ਨੇ ਉਹ ਇਸ ਕਰਕੇ ਹੋਏ ਨੇ ਕਿ ਉਹਨਾਂ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ ਔਰ ਮਿਹਨਤ ਬਹੁਤ ਜ਼ਿਆਦਾ ਕਰਦੇ ਜਿਵੇਂ ਅਸੀਂ ਮੈਂ ਤੁਹਾਡੇ ਸਾਹਮਣੇ 3 ਸਾਲ ਹੋ ਗਏ ਨੇ ਦੂਸਰੇ ਚੈਨਲ ਦੇ ਵਿੱਚ 2-3 ਸਾਲ ਮੈਂ ਲਾਏ ਨੇ ਔਰ ਭੈਣ ਭਰਾਵਾਂ ਪਤਾ ਮੈਂ ਉਹਦੇ 'ਤੇ ਵੀ ਕਾਫੀ ਮਿਹਨਤ ਕੀਤੀ ਹੈ ਔਰ ਮੇਰੇ 4,000 ਸਬਸਕ੍ਰਾਈਬਰ ਹੋਇਆ ਔਰ ਅਤੇ ਔਰ 2 ਪੇ ਲੈ ਲਈਆਂ ਮਿਹਨਤ ਇਹਨੂੰ ਇਹਨੂੰ ਵੀ ਮੈਂ ਕਾਮਯਾਬੀ ਆਪਣੀ ਸਮਝਣਾ ਅੱਲਾ ਦਾ ਸ਼ੁਕਰ ਹੈ ਅੱਲਾ ਦਾ ਸ਼ੁਕਰ ਹੈ ਕਿ ਜਦੋਂ ਮੈਂ ਚੈਨਲ 'ਤੇ ਆਇਆ ਮੈਨੂੰ ਕੋਈ ਨਹੀਂ ਜਾਣਦਾ ਹੈਗਾ ਜਦੋਂ ਨਵਾਂ ਆਇਆ ਮੈਨੂੰ ਕੌਣ ਜਾਣਦਾ ਸੀ ਔਰ ਮੇਰੀ ਪਛਾਣ ਕੋਈ ਨਹੀਂ ਮੇਰੀ ਕੀ ਪਛਾਣ ਹੈਗੀ ਹੈ ਬਸ ਮੇਰੀ ਉਦੋਂ ਇਹ ਪਛਾਣ ਹੀ ਮੈਂ ਗੋਲਗੱਪਾਂ ਰੇੜੀ ਲਾਉਂਦਾ ਹਾਂ ਅਤੇ ਚਾਟਾਂ ਲਾਉਣੀਆਂ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਲ ਮੁਹੱਬਤ ਕੀਤੀ ਪਿਆਰ ਕੀਤਾ ਔਰ ਤੁਹਾਡੀ ਬਦੌਲਤ
ਮੇਰਾ 4000 ਸਬਰ ਹੋਇਆ ਔਰ ਦੋ ਪੇਵਾਂ 18000 ਔਰ 21000 ਵੀ ਪੇ ਆਈਆਂ ਨੇ ਔਰ ਉਹਦੇ ਤੇ ਮੈਂ ਕੰਮ ਤਾਂ ਕਰਨਾ ਛੱਡ ਛੱਡਿਆ ਕਿ ਉਹਦੇ ਤੇ ਮੈਨੂੰ ਕੁਛ ਥੋੜ੍ਹਾ ਡਾਊਟ ਹੋ ਗਿਆ 2 ਜਾਂ 3 ਸਾਲ ਉਹਦੇ ਮੈਂ ਲਾਏ ਨੇ ਪਰ ਸਾਡੀ ਕੋਈ ਵੀਡੀਓ ਵਾਇਰਲ ਨਹੀਂ ਹੋ ਰਹੀ ਵਾਇਰਲ ਨਾ ਹੋਣ ਦੀ ਵਜ੍ਹਾ ਤੋਂ ਮੇਰਾ ਦਿਲ ਫਿੱਕਾ ਹੋ ਗਿਆ ਔਰ ਆਸਮਾ ਮੂਸਾ ਵਲੌਗ 'ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂ ਕਿ ਹੋਰ ਜ਼ਿਆਦਾ ਮਿਹਨਤ ਹੋਏ ਹੋਰ ਜ਼ਿਆਦਾ ਤੁਹਾਡੇ ਭੈਣ ਭਰਾਵਾਂ ਨਾਲ ਆਪਣੀ ਸ਼ੇਅਰ ਕਰੀਏ ਹਾਂਜੀ ਅੱਲਾਹ ਪਾਕ ਕਾਮਯਾਬ ਕਰਨ ਵਾਲਾ ਔਰ ਦੂਸਰਾ ਬਤਾਇਆ ਕਿ ਕਈ ਯੂਟਿਊਬਰਾਂ ਕੋਲ ਮੈਂ ਸੁਣਦਾ ਪਿਆ ਹਾਂ ਕਿ ਉਹ ਨਾ ਇੱਕ ਕਾਮਯਾਬੀ ਦਾ ਰਾਜ਼ ਮਿਹਨਤ ਹੈ ਦੂਸਰੀ ਕਾਮਯਾਬੀ ਦਾ ਰਾਜ਼ ਹੈਗਾ ਅੱਲਾ ਨਾਲ ਤਜਾਰਤ ਕਰਨੀ ਹੁਣ ਉਹ ਬੜੀ ਲੰਮੀ ਗੁਫਤਗੂ ਹੈ ਸਮਝਾਉਣ ਲੱਗਾ ਮੈਨੂੰ ਯਾਰ ਲਫਜ਼ਾਂ ਦਾ ਕਰਨਾ ਪੈਣਾ ਮੈਂ ਲਫਜ਼ ਆਪਣੇ ਨਹੀਂ ਬੋਲ ਸਕਦਾ ਔਰ ਮੈਂ ਭੈਣ ਭਰਾ ਕਾਫੀ ਪੜ੍ਹੇ ਲਿਖੇ ਨੇ ਜਿਹੜੇ ਸਮਝਦੇ ਨੇ ਕਿ ਅੱਲਾ ਨਾਲ ਕੀ ਤਜਾਰਤ ਕਰਨੀ ਤਜਾਰਤ ਕਰਨੀ ਹੈ ਕਿ ਅੱਲਾ ਦੇ ਰਾਹ 'ਤੇ ਵੀ ਜਾਣਾ ਅਗਰ 10% ਜਿੰਨਾ ਵੀ ਸਾਡਾ ਹੋ ਸਕਦਾ ਸੀ ਅੱਲਾ ਇਰਾਦ ਕਿ ਗਰੀਬ ਨੂੰ ਕਿਸੇ ਮਸਕੀਨ ਨੂੰ ਕਿਸੇ ਯਤੀਮ ਨੂੰ ਕਿਸੇ ਦੀ ਮਦਦ ਕਰ ਸਕੀਏ ਕਿਸੇ ਨੂੰ ਖਾਣਾ ਖਿਲਾ ਰਹੀਏ ਕਿਸੇ ਨੂੰ ਜਿੰਨਾ ਕੁ ਸਾਡੇ ਹੋ ਸਕਦਾ ਕਰ ਸਕੀਏ ਔਰ ਕਾਮਯਾਬੀ ਇਹਦੀ ਚੀਜ਼ ਅਗਰ ਅੱਲਾ ਪਾਕ ਹੋਰ ਜ਼ਿਆਦਾ ਅੱਲਾ ਪਾਕ ਹੋਰ ਜ਼ਿਆਦਾ ਕਰਦਾ ਇਸ ਤਰ੍ਹਾਂ ਹੀ ਅਸੀਂ ਨਾ ਹਰ ਜ਼ਿੰਮੇਵਾਰ ਨੂੰ ਚੀਜ਼ ਬਣ ਸ਼੍ਰੇਣੀ ਬਣਨੀ ਬੱਚਿਆਂ ਨੂੰ ਜਾਂ ਕਿਸੇ ਟਾਈਮ ਅਸੀਂ ਨਹੀਂ ਵੀ ਬਣਦੇ ਉਹੀ ਚੁੱਕ ਕੇ ਕਿਸੇ ਨੂੰ ਅਸੀਂ ਕਿਸੇ ਨੂੰ ਦੇਖਦੇ ਹਾਂ ਕਿ ਗਰੀਬ ਨੂੰ ਦੇਖਦੇ ਹਾਂ ਮੈਂ ਆਸਮਾ ਨੂੰ ਅੱਗੇ ਆਸਮਾ ਕਰਨ ਲੱਗਿਆ ਇਹਦੇ ਨਾਲ ਉਹੀ ਪੈਸੇ ਜਿਹੜੇ ਹੁੰਦੇ ਨੇ ਨਾ ਉਹ ਕਿਸੇ ਨੂੰ ਬੰਦਾ ਚੁਬਾ ਕੇ ਫਿਰਾ ਹਟਦਾ ਔਰ ਅੱਲਾ ਪਾਕ ਹੋਰ ਜ਼ਿਆਦਾ ਦਿੰਦਾ ਇਹ ਅਜ਼ਮਾਈ ਹੋਈ ਗੱਲ ਅੱਲਾ ਪਾਕ ਹੋਰ ਜ਼ਿਆਦਾ ਦਿੰਦਾ ਹੈਗਾ ਅੱਲਾ ਰਾਜ ਦੇਵੋ ਅੱਲਾ ਦਾ ਸ਼ੁਕਰ ਹੈ ਦੂਸਰੀ ਹਾਂ ਦੂਸਰੀ ਨਵਾਜ਼ ਭਾਈ ਨਵਾਜ਼ ਫੈਮਿਲੀ ਵਾਲੇ ਨੇ ਪਾਕ ਵਿਲੇਜ ਫੈਮਿਲੀ ਵਾਲੇ ਉਹਨਾਂ ਕੋਲ ਗਏ ਹਾਂ 1 ਸਾਲ ਪਹਿਲੇ ਉਦੋਂ ਇਹ ਚੈਨਲ ਨਹੀਂ ਚਲਾਉਂਦਾ ਹੈਗਾ ਨਵਾਜ਼ ਭਾਈ ਨਾ ਅਤੇ ਉਦੋਂ ਬਾਅਦ 'ਚ ਜੋ ਅਸੀਂ ਗਏ ਨਾ ਉਦੋਂ ਨਹੀਂ ਚਲਾਉਂਦਾ ਹੈਗਾ ਬਾਅਦ 'ਚ ਚੈਨਲ ਉਹਨਾਂ ਨੇ ਬਣਾਇਆ ਫੈਮਿਲੀ ਵਲੌਗ ਪਹਿਲੇ ਉਹ ਚੁੱਲ੍ਹਿਆਂ ਵਾਲਾ ਚੁੱਲ੍ਹੇ ਛੁੱਲ੍ਹੇ ਬਣਾਉਂਦੇ ਤੰਦੂਰ ਬਣਾਉਂਦੇ ਰਹੇ ਨੇ ਉਹ ਉਹਨਾਂ ਨੇ ਦੱਸਦੇ ਰਹੇ ਨੇ ਵਲੌਗ ਉਦੋਂ ਫੈਮਿਲੀ ਵਲੌਗ ਨਹੀਂ ਬਣਾਉਂਦੇ ਰਹੇ ਉਦੋਂ ਅਸੀਂ ਉਹਨਾਂ ਨੂੰ ਗਏ ਹਾਂ ਅਤੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਕਾਮਯਾਬੀ ਦਾ ਰਾਜ਼ ਉਹਨਾਂ ਦਾ ਹੀ ਹੈ ਮਾਸ਼ਾ ਅੱਲਾ ਪਾਕ ਉਹਨਾਂ ਹੋਰ ਕਾਮਯਾਬ ਕਰੇ ਕਾਮਯਾਬ ਤੋ ਮੈਂ ਭਾਈਓ ਅਜ਼ਾਨ ਹੋ ਰਹੀ ਅਸਰ ਦੀ ਅਸਰ ਦੀਆਂ ਅਜ਼ਾਨਾਂ ਹੋ ਗਈਆਂ ਨੇ ਔਰ ਬਸ ਜਿਸ ਤਰ੍ਹਾਂ ਤੁਹਾਨੂੰ ਦੱਸਦੇ ਪਿਆ ਹਾਂ ਔਰ ਜ਼ਾਮਨ ਨੂੰ ਮੈਂ ਕਿਹਾ ਜਾ ਕੇ ਅੰਦਰ ਲੇਟ ਗਿਆ ਮੈਂ ਕਿਹਾ ਮੈਂ ਯਾਰ ਮੇਰਾ ਬਾਂਹ ਥੱਕ ਜਾਂਦੀ ਹੈ ਕੈਮਰਾ ਫੜਾਇਆ ਕਾਫੀ ਦੇਰ ਨਾਲ ਤੋ ਗੱਲ ਮੈਂ ਕਰਦਾ ਪਿਆ ਹਾਂ ਨਵਾਜ਼ ਭਾਈ ਦੀ ਨਵਾਜ਼ ਭਾਈ ਕੋਈ ਗਏ ਹਾਂ ਉਹਨਾਂ ਨੇ ਚੀਜ਼ਾਂ ਦੋਸਤ ਨੇ ਦੱਸੀਆਂ ਸੀ ਉਹਨਾਂ ਲਈ ਉਹ ਕਾਮਯਾਬੀ ਹੈਗੀ ਹੈ ਦੂਸਰਾ ਕਿ ਮੈਂ ਜੀ ਉਹਨਾਂ ਨੇ ਚੀਜ਼ ਕਾਮਯਾਬੀ ਵੇਖੀ ਹੈ ਉਹਨਾਂ ਦੇ ਹਾਲਾਤ ਦੀ ਬੈਕਗਰਾਉਂਡ ਵੀ ਬੜੇ ਕਮਜ਼ੋਰ ਹੈ ਆਪਣੇ ਮਕਾਨ ਦੇ ਬਾਰੇ ਸੋਚਦੇ ਪਏ ਨੇ ਉਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਅੱਲਾ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਮੈਂ ਵੀਡੀਓ ਨੇ ਵੇਖੀ ਹੈ ਤੋ ਮੇਰੇ ਬੰਦੀਆਂ ਭਾਈ ਵੇਖਦੇ ਨਹੀਂ ਵੇਖਦੇ ਔਰ ਮੈਂ ਗੱਲ ਕਰਦਾ ਪਿਆ ਆਸਮਾਨ ਮੈਂ ਜੋ ਗਏ ਨਾ ਉੱਥੇ ਉਹਨਾਂ ਦੇ ਘਰ ਨਾ ਬੱਚਿਆਂ ਦਾ ਘਰ ਹੀ ਛੋਟੇ ਛੋਟੇ ਬੱਚੇ ਹਨ ਵਹਾਬ ਵੀ ਛੋਟਾ ਸੀ ਔਰ ਬਾਕੀ ਛੋਟੇ ਛੋਟੇ ਬੱਚਿਆਂ ਦੇ ਉਹ ਮੱਖੀ ਬਹੁਤ ਜ਼ਿਆਦਾ ਸੀ ਉਹਨਾਂ ਦੇ ਘਰ ਮੱਖੀ ਉਹਨਾਂ ਦੇ ਘਰ ਬਹੁਤ ਜ਼ਿਆਦਾ ਸੀ ਅਤੇ ਉਹਨਾਂ ਦਾ ਸ਼ੁਕਰ ਆ ਉਹ ਆਪਣੇ ਘਰ ਸਹੀ ਠੀਕ ਹੋਏ ਮੱਖੀ ਵੀ ਖਤਮ ਹੋ ਗਈ ਅਤੇ ਮੱਖੀ ਸਾਡੇ ਘਰ ਆ ਗਈ ਸਾਡੇ ਘਰ ਮੱਖੀ ਬਹੁਤ ਜ਼ਿਆਦਾ ਅਤੇ ਉਹ ਮੈਂ ਆਸਮਾਨ ਨੂੰ ਕਹਿੰਦਾ ਮੈਂ ਕਿਹਾ ਕਿਹੜਾ ਸਿਰ ਭਾਵੇਂ ਡੀਂਗਾ ਭਾਵੇਂ ਸਿੱਧਾ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਨਹੀਂ ਗੱਲ ਇਹ ਕਰਨੀ ਨਹੀਂ ਚਾਹੀਦੀ ਗੱਲ ਵੈਸੇ ਅਸੀਂ ਉਹਨਾਂ ਨੇ ਸਾਹਮਣੇ ਨਹੀਂ ਕੀਤੀ ਆ ਪਰ ਜ਼ਿਹਨ ਸੋਚਿਆ ਵੀ ਯਾਰ ਬੜੀ ਮੱਖੀ ਇੱਥੇ ਯਾਰ ਬਹੁਤ ਆ ਮੱਖੀ ਪਿੰਨ ਪਿੰਨ ਮੱਖੀ ਹੈਗੀ ਹੈ ਅਤੇ ਬਸ ਉਹਨਾਂ ਨੇ ਤਾਂ ਬਹੁਤ ਅੱਛੇ ਲੋਕ ਬਹੁਤ ਅੱਛੇ ਨੇ ਬਹੁਤ ਅੱਛੇ ਖਾਣਾ ਪੀਣਾ ਉਹਨਾਂ ਦਾ ਬਹੁਤ ਅੱਛਾ ਸੀ ਔਰ ਬਸ ਇਹ ਗੱਲ ਕਰਦੇ ਅਸੀਂ ਅਤੇ ਉਹ ਸੋਚ ਮੈਂ ਆਸਮਾਨ ਕਹਿੰਦਾ ਮੈਂ ਵੇਖ ਲਓ ਅੱਲਾ ਅੱਗੇ ਹਰ ਟਾਈਮ ਤੋਹਾ ਕਰਨੀ ਚਾਹੀਦੀ ਹੈ ਉਹ ਨਵਾਬ ਭਾਈ ਅਸੀਂ ਸਾਡੇ ਦਿਲ 'ਚ ਵੀ ਗੱਲ ਆਈ ਸੀ ਅਤੇ ਭਾਈ ਮਾਜ਼ਰਤ ਹੈ ਅਗਰ ਸਾਡੇ ਦੁਆ ਕਰ ਸੀ ਯਾਰ ਦੁਆ ਕਰਿਓ ਔਰ ਮੈਂ ਜਿਹੜਾ ਆਪਣੇ ਦਿਲ 'ਚ ਗੱਲ ਸੋਚਦਾ ਸੀ ਉਹ ਮੈਂ ਮਾਜ਼ਰਤ ਅੱਲਾ ਪਾਕ ਨੂੰ ਮਾਜ਼ਰਤ ਕਰਨਾ ਤੁਹਾਡੇ ਕੋਲ ਸਾਹਮਣੇ ਮੈਂ ਗੱਲ ਕੀਤੀ ਕੋਈ ਨਹੀਂ ਔਰ ਅੱਲਾ ਪਾਕ ਨੂੰ ਮਾਫ਼ੀ ਮੰਗਦੇ ਹਾਂ ਅੱਲਾ ਪਾਕ ਨੂੰ ਮਾਜ਼ਰਤ ਕਰਦੇ ਮਾਫ਼ੀ ਮੰਗਦੇ ਹਾਂ ਔਰ ਐਸਾ ਦਿਲ ਹੈ ਵੀ ਨਹੀਂ ਹੈਗਾ ਵੈਸੇ ਗੱਲ ਕੀਤੀ ਆਪਣੇ 'ਚ ਵੀ ਔਰ ਮੈਂ ਕਾਫ਼ੀ ਦਿਨਾਂ ਦਾ ਸੋਚਦਾ ਪਿਆ ਸੀ ਆਪਣੇ 'ਚ ਵੀ ਗੱਲ ਕਈ ਦਫ਼ਾ ਗੱਲ ਕੀਤੀ ਅਗਰ ਨਵਾਜ਼ ਭਾਈ ਗਿਆ ਅਤੇ ਉਹਨੇ ਕਹਿੰਦਾ ਇੱਥੇ ਮੱਖੀਆਂ ਨੇ ਬੜੀ ਮੱਖੀ ਹੈ ਇੱਥੇ ਬੜਾ ਖਿਲਾਰ ਹੈ ਇੱਥੇ ਫਲਾਣ ਹੈ ਢੀਂਗ ਹੈ ਉਹਨਾਂ ਨੇ ਕਮੈਂਟ ਉਹਨੇ ਵੀਡੀਓ ਥੱਲੇ ਕਈ ਲੋਕ ਕਮੈਂਟ ਕਰਕੇ ਵੀ ਉਹਨਾਂ ਕਹਿੰਦੇ ਕਮੈਂਟ ਕਰਦੇ ਹਨ ਅਸੀਂ ਇਹ ਚੀਜ਼ ਨੂੰ ਨਹੀਂ ਨੋਟ ਕਰਦੇ ਅਤੇ ਹੁਣ ਵੀ ਅਸੀਂ ਬਸ ਅਸੀਂ ਹਮੇਸ਼ਾ ਆਸਮਾਨ ਕਹਿੰਦਾ ਆਸਮਾਨ ਲੋਕ ਕਈ ਦੀ ਵੀਡੀਓ ਬਣਾਉਂਦੇ ਰਹਿਣਾ ਉਹ ਫਲਾਣਾ ਇੰਜ ਉਹ ਫਲਾਣਾ ਇੰਜਾ ਫਲਾਣਾ ਇੰਜਾ ਸਾਡਾ ਦਿਲ ਨਹੀਂ ਕਰਦਾ ਅਸੀਂ ਉਹਨਾਂ ਨੂੰ ਅੱਛਾ ਨਹੀਂ ਸਮਝਾਂਗੇ ਕਿਸੇ ਦੇ ਕੋਈ ਕਦੇ ਕੋਈ ਤਨਕੀਦ ਨਾ ਕਰੋ ਕਿਸੇ ਦੇ ਕੋਈ ਸੋਚੋ ਨਾ ਕੋਈ ਕਿਸ ਤਰ੍ਹਾਂ ਦਾ ਵੀ ਹੈਗਾ ਕੋਈ ਕਿਸ ਤਰ੍ਹਾਂ ਵੀ ਅੱਲਾ ਪਾਕ ਨੇ ਪੈਦਾ ਕੀਤਾ ਇਨਸਾਨ ਨੂੰ ਅੱਲਾ ਪਾਕ ਨੇ ਬਿਹਤਰ ਪੈਦਾ ਕੀਤਾ ਕਿ ਉਹਨੂੰ ਗਰੀਬ ਦੇ ਘਰ ਕੀਤਾ ਜਾਂ ਅਮੀਰ ਦੇ ਘਰ ਕੀਤਾ ਅੱਲਾ ਪਾਕ ਨੇ ਬਿਹਤਰ ਬਣਾਇਆ ਉਹ ਬਿਹਤਰ ਜਗ੍ਹਾ ਦੇ ਪੈਦਾ ਕੀਤਾ ਸਾਡਾ ਵੀ ਘਰ ਬੱਚਿਆਂ ਵਾਲਾ ਹੈ ਪੈਸੇ ਕਮਾ ਰਹੇ ਨੇ ਠੀਕ ਠਾਕ ਨੇ ਤੇ ਮੈਂ ਵੇਖਦੀ ਹਾਂ ਜਦੋਂ ਮੈਂ ਬੜੀ ਖੁਸ਼ ਹੁੰਦੀ ਹਾਂ ਵੇਖ ਲਓ ਉਹਨਾਂ ਵੱਲ ਵੀ ਦੇਖ ਲਓ ਉਹ ਵੀ ਗਰੀਬ ਸੀ ਸਾਡੇ ਤਰ੍ਹਾਂ ਰੋਟੀ ਖਾ ਰਹੇ ਨੇ ਉਹ ਵੀ ਚੱਲ ਰਹੇ ਨੇ ਆਪਣੇ ਮਕਾਨ ਦੇ ਬਾਰੇ ਕੱਲ੍ਹ ਅਸੀਂ ਵੀਡੀਓ ਵੇਖ ਰਹੇ ਆਪਣੇ ਮਕਾਨ ਦੇ ਬਾਰੇ ਸੋਚਦੇ ਪਏ ਸੀ
ਹਾਂਜੀ ਤੇ ਮੈਂ ਭੈਣ ਭਾਈ ਉਹ ਇੱਕ ਹੋਰ ਪੈਗਾਮ ਆ ਮੇਰਾ ਉਹ ਇਹ ਮੇਰਾ ਚੈਨਲ ਤੇ ਆਸਮਾ ਮੁਸਾ ਵਲੌਗ ਤੇ 1000 ਸਬਰ ਹੋਣ ਵਾਲਾ ਔਰ ਜਿਹੜੇ ਜਿਹੜੇ ਭੈਣ ਭਰਾ ਸਾਨੂੰ ਵੇਖਦੇ ਨੇ ਉਹ ਜ਼ਰੂਰ ਅੱਛਾ ਜਿਹਾ ਕਮੈਂਟ ਸਾਡੇ ਵੀਡੀਓ ਥੱਲੇ ਕਰਨ ਤੁਹਾਡਾ ਅਗਲੀ ਵੀਡੀਓ ਨੈਕਸਟ ਵੀਡੀਓ ਜਿਹੜੀ ਹੋਏਗੀ ਨਾ ਉਹ ਮੈਂ ਤੁਹਾਡਾ ਨਾਂ ਲਵਾਂਗਾ ਇਨਸ਼ਾਅੱਲਾ ਤਾਲਾ ਤੁਹਾਡਾ ਮੈਸੇਜ ਪੜ੍ਹ ਕੇ ਔਰ ਤੁਹਾਡਾ ਨਾਂ ਲਵਾਂਗੇ ਇਨਸ਼ਾਅੱਲਾ ਮੇਰਾ ਦਿਲ ਕਰਦਾ ਵੈਸੇ ਸਾਰੇ ਭੈਣ ਭਰਾ ਜਿਹੜੇ ਸਾਨੂੰ ਵੇਖਦੇ ਨੇ ਪਹਿਲੇ ਚੈਨਲ ਵਾਲੇ ਜਿਹੜੇ ਭੈਣ ਭਰਾ ਨੇ ਉਹ ਵੀ ਇਹ ਵੀਡੀਓ ਵੇਖਦੇ ਨੇ ਮੇਰੇ ਭੈਣ ਭਰਾ ਬੜੇ ਅੱਛੇ ਨੇ ਅੱਲਾ ਇਹਨਾਂ ਨੂੰ ਲੰਬੀ ਜ਼ਿੰਦਗੀ ਦੇ ਤੇ ਖੁਸ਼ ਤੇ ਆਬਾਦ ਰਹਿਣ ਹਰ ਵਸਦੇ ਰਹਿਣ ਕੋਸ਼ਿਸ਼ ਕਰੋ ਸਾਡੇ ਭੈਣ ਭਰਾ ਜਿਹੜੇ ਫਰਾਂਸ ਯੂਕੇ ਦੇ ਸਾਨੂੰ ਵੇਖਦੇ ਨੇ ਔਰ ਚੜ੍ਹਦੇ ਪੰਜਾਬ ਵਾਲੇ ਵੇਖਦੇ ਨੇ ਆਪਣੀ ਫੈਮਿਲੀ ਦੇ ਸਾਰੀ ਵੀਡੀਓ ਸ਼ੇਅਰ ਕਰਨ ਔਰ ਅੱਛੇ ਜਿਹੇ ਕਮੈਂਟ ਕਰੋ ਤੁਹਾਡਾ ਵੀਡੀਓ 'ਚ ਨਾਂ ਲਈਏ ਇਨਸ਼ਾਅੱਲਾ ਤਾਲਾ ਔਰ ਜਿਹੜੇ ਮੇਰੇ ਭੈਣ ਭਰਾ ਨਵੇਂ ਦੇ ਮੇਰੇ ਚੈਨਲ ਸਬਸਕ੍ਰਾਈਬ ਕਰੋ ਔਰ ਵੇਖੋ ਜ਼ਰੂਰ ਔਰ 1000 ਸਬਸਕ੍ਰਾਈਬਰ ਜ਼ਰੂਰ ਜਲਦੀ ਜਲਦੀ ਕਰੋ ਤਾਂ ਕਿ ਮੈਂ ਕੱਲ੍ਹ ਜਾਂ ਪਰਸੋਂ ਆਉਣ ਵਾਲੀ ਵੀਡੀਓ 'ਚ ਤੁਹਾਡਾ ਨਾਂ ਲਵਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਇਹਦੇ 'ਚ ਵੀ ਕਮੈਂਟ ਕਰੋ ਔਰ ਕੱਲ੍ਹ ਮੈਂ ਆਪਣੇ ਕਮਿਊਨਿਟੀ ਦੇ ਵੀ ਪੋਸਟ ਲਾ ਦਾਂਗਾ ਉਹਦੇ ਥੱਲੇ ਵੀ ਕਮੈਂਟ ਕਰੋ ਅੱਛੇ ਅੱਛੇ ਆਪਣੇ ਨਾਂ ਆਪਣੇ ਨਾਂ ਤੋਂ ਕਮੈਂਟ ਕਰੋ ਨਾਂ ਵੀ ਬੇਸ਼ੱਕ ਲਿਖ ਦਿਓ ਉਹਦਾ ਤਾਂ ਮੈਂ ਤੁਹਾਡਾ ਨਾਂ ਲੈ ਕੇ ਤੁਹਾਡਾ ਕਮੈਂਟ ਪੜ੍ਹ ਕੇ ਇਨਸ਼ਾਅੱਲਾ ਤਾਲਾ ਔਰ ਮੈਂ ਸ਼ੇਅਰ ਕਰਾਂਗਾ ਗਾਉਣ ਯਾਦ ਰੱਖਿਓ ਔਰ ਨਵਾਜ਼ ਭਾਈ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਗਾਈਡ ਕਰਦੇ ਰਹੇ ਹੁਣ ਨਹੀਂ ਕਰਦੇ ਉਹ ਪਤਾ ਨਹੀਂ ਤੁਹਾਡਾ ਟਾਈਮ ਨਹੀਂ ਮਿਲਦਾ ਜੋ ਨਵੇਂ ਨਵੇਂ ਉਦੋਂ ਨਵਾਜ਼ ਭਾਈ ਸਾਡੇ ਨਾਲ ਕਰਦੇ ਹੁਣ ਕਈ ਭੈਣ ਭਰਾ ਸਾਨੂੰ ਕਮੈਂਟ ਕਹਿੰਦੇ ਨੇ ਨਵਾਜ਼ ਭਾਈ ਨੂੰ ਮਿਲੋ ਨਵਾਜ਼ ਭਾਈ ਨੂੰ ਮਿਲੋ ਮੈਂ ਨਵਾਜ਼ ਭਾਈ ਨੇ ਕੀ ਮਿਲਣਾ ਸਾਨੂੰ ਕਮੈਂਟ ਹੀ ਨਹੀਂ ਕਰਦੇ ਉਹ ਬਸ ਉਹ ਕਮੈਂਟ ਨਹੀਂ ਕਰਦੇ ਨਾ ਉਹ ਰਾਬਤਾ ਨਹੀਂ ਮੇਰੇ ਨਾਲ ਰਾਬਤਾ ਉਹਦਾ ਵੀ ਐਡਾ ਕੋਈ ਰਾਬਤਾ ਨਹੀਂ ਹੈਗਾ ਐਡਾ ਕੋਈ ਖਾਸ ਰਾਬਤਾ ਨਹੀਂ ਹੈ ਉਹ ਨਹੀਂ ਐਡਾ ਕੋਈ ਗੱਲ ਹੈਗੀ ਕਿਉਂਕਿ ਮੈਨੂੰ ਚੜ੍ਹਦੇ ਪੰਜਾਬ ਵਾਲੇ ਕਈ ਮੈਸੇਜ ਆਉਂਦੇ ਨੇ ਔਰ ਚਾਰ ਪੰਜ ਭੈਣ ਭਰਾ ਮੈਸੇਜ ਕਰਦੇ ਕਿ ਉਹਨੂੰ ਮਿਲੋ ਤੁਹਾਡੇ ਲਾਗੇ ਰਹਿੰਦੇ ਨੇ ਤੁਹਾਡੇ ਆਪਣੇ ਨੇ ਅਤੇ ਉਹ ਭਾਈ ਐਡੇ ਖਾਸ ਨਹੀਂ ਉਹਨਾਂ ਦੁਆਸ ਨਾਲ ਮੇਰੀ ਐਡੇ ਖਾਸ ਉਹਨਾਂ ਦੇ ਯਾਨੀ ਕਿ ਨਹੀਂ ਕਾਲ ਵਗੈਰਾ ਤਾਂ ਕੋਈ ਰਾਬਤਾ ਨਹੀਂ ਮੇਰਾ ਹੈਗਾ ਉਦੋਂ ਪਹਿਲੇ ਪਹਿਲੇ ਨਵਾਂ ਨਵਾਂ ਜੋ ਰਾਬਤਾ ਹੁੰਦਾ ਸੀ ਉਹਨਾਂ ਦੀ ਮਿਹਰਬਾਨੀ ਰਾਬਤਾ ਕਰ ਲੈਂਦੇ ਸੀ ਉਦੋਂ ਫੈਮਿਲੀ ਵਲੌਗ ਨਹੀਂ ਬਣਾਉਂਦੇ ਦੂਸਰਾ ਉਹਨਾਂ ਦਾ ਦੂਸਰਾ ਚੈਨਲ ਹੈਗਾ ਸੀ ਔਰ ਬਸ ਫਿਰ ਵੀ ਪਿਆਰ ਮੁਹੱਬਤ ਉਸ ਤਰ੍ਹਾਂ ਹੀ ਹੈ ਪਤਾ ਨਹੀਂ ਉਹਨੇ ਨਵਾਜ਼ ਭਾਈ ਮੈਨੂੰ ਤਾਂ ਇਹ ਲੱਗਦਾ ਕੋਈ ਮਜਬੂਰੀ ਹੋਵੇਗੀ ਮੈਨੂੰ ਲੱਗਦਾ ਨਹੀਂ ਹੈਗਾ ਉਹਨੇ ਮਜਬੂਰੀ ਇਹ ਹੋਵੇ ਕੋਈ ਟਾਈਮ ਨਹੀਂ ਮਿਲਦਾ ਹੈਗਾ ਨਹੀਂ ਗੁਫਤਗੂ ਕਰ ਸਕਦੇ ਤਾਂ ਠੀਕ ਹੈ ਜੀ ਭੈਣ ਭਾਈਓ ਅੱਲਾ ਹਾਫਿਜ਼ ਅੱਲਾ ਹਾਫਿਜ਼।